ਹੈ ਇੱਕ ਅਰਜਨ ਘੋੜਾ ਇੱਕ ਸੁਰਜਣ ਘੋੜਾ, ਇਹ ਦੋ ਭਰਾ ਜਿਹੜੇ ਕਬੱਡੀ ਖੇਡਦੇ ਆ, ਔਰ ਇਹ ਸ਼ਾਮਪੁਰ ਵਾਲਾ ਜਿਹੜਾ ਨਿੱਕਾ ਘੋੜਾ ਕਬੱਡੀ ਪਾ ਰਿਹਾ, ਇਹਦੇ ਭੁਲੇਖੇ ਪੈਂਦੇ ਆ। ਮੈਂ ਇਹਨੂੰ ਪੁੱਛ ਬੈਠਾ ਵੀ ਤੂੰ ਕਬੱਡੀ ਖੇਡਦਾ, ਕਹਿੰਦਾ ਮੈਂ ਖੇਡਦਾ, ਕਿਤੇ ਦਾ ਭੁਲੇਖਾ ਪੈਂਦੇ ਉਹਦਾ ਵੱਡਾ ਭਰਾ ਕਬੱਡੀ ਖੇਡਦਾ ਹੈ। ਪਰ ਦੇਖਿਆ ਜਾਵੇ ਪੱਧਰੀ ਵਾਲਾ ਰਾਜਾ, ਕਿਉਂਕਿ ਇਹਦੇ ਦਰਿਆ ਜਿਹੜੇ ਉਹ ਰੋਕੇ ਹੋਏ ਆ, ਇਹਦੇ ਤੂਫਾਨਾਂ ਦੇ ਮੁੱਖ ਘੋੜੇ ਜੀ ਆ, ਬਿਲਕੁਲ ਪੱਧਰੀ ਵਾਲਾ ਦੇ 14-14 ਹੁੰਦੇ ਆ, ਕਦੇ 16-16, ਕਦੇ 18-18, ਐਨ ਕੁੰਡੀਆਂ ਦੇ ਸਿੰਘ ਆਖੀ ਨਾ ਵੀ ਫਸੇ ਹੋਏ ਆ, ਤੇ ਪਤਾ ਨੀ ਲੱਗਦਾ ਗੱਲ ਕਿੱਧਰ ਨੂੰ ਜਾਣੀ ਹੈ। ਪਰ ਇੱਧਰ ਦੇਖੋ ਵੀ ਚੰਡੀ ਵਾਲੇ ਦੀ ਰੇਡ ਤੇ ਦੋਨੇ ਖੁੱਚਾਂ ਕਹਿੰਦੇ ਖਿੱਚਣ ਦੀ ਕੋਸ਼ਿਸ਼ ਤੇ ਫਿਰ ਕੈਂਚੀ ਲੱਗ ਗਈ ਹੈ। ਇਹ ਜੁਗਰਾਜ ਸਿੰਘ ਰਾਜਾ ਪੱਧਰੀ ਵਾਲਾ, ਸਿਰਫ 2 ਪੁਆਇੰਟਾਂ ਦਾ ਫਰਕ ਹੈ ਤੇ 4 ਮੰਨੇ ਪਰਮੰਨੇ ਜਾਫੀ ਇਸ ਸਮੇਂ ਕੋਸ਼ਿਸ਼ ਕਰਦੇ ਹੈ। ਇਹ ਜਗਵੀਰ ਸਿੰਘ ਪੱਧਰੀ, ਇਹਨੂੰ ਜੱਗਾ ਵੀ ਕਹਿੰਦੇ ਆ, ਜਗਵੀਰ ਸਿੰਘ ਪੱਧਰੀ ਇਸ ਸਮੇਂ ਬਹੁਤ ਵਧੀਆ ਬਗਲ ਭਰੀ ਹੋਈ ਲੱਕ ਦੇ ਉੱਪਰ ਲੱਗੀ ਹੋਈ ਬਾਂਹ ਤੇ ਕੈਂਚੀ ਔਰ ਆਤਮ ਵਿਸ਼ਵਾਸ ਦੇ ਨਾਲ ਇਸ ਸਮੇਂ ਜਫਾ ਲੱਗਾ ਹੋਇਆ। ਤੇ ਪੁਆਇੰਟ ਜਿਹੜਾ ਹੋ ਗਏ 23-14 ਦੀ ਸ਼ਾਨ। ਮਿੱਤਰੋ ਸੰਧੂ ਕਾਲਾ ਧਨੌਲੇ ਵਾਲਾ ਵਾਧਾ ਹੈ ਅੱਗੇ ਵੱਲ, ਪਾਸਾ ਮੈਚਾਂ ਦਾ ਜਿਹੜੇ ਪਲਟਾ ਦਿੰਦੇ ਉਹੀ ਬਣਦੇ ਗਰਾਊਂਡਾਂ ਦੀ ਸ਼ਾਨ। ਮਿੱਤਰੋ ਕਰਮਜੀਤ ਹਰਿਆਉ, ਮਿਲਣ ਇਨਾਮ ਲੱਖਾਂ, ਨਿੱਤ ਹੁੰਦੇ ਨੇ ਵੱਡੇ ਸਨਮਾਨ। ਮਿੱਤਰੋ ਨਿੱਤ ਹੁੰਦੇ ਨੇ ਵੱਡੇ ਸਨਮਾਨ। ਮਿੱਤਰੋ ਜਗਵੀਰ ਸਿੰਘ ਪੱਧਰੀ ਵਾਲਾ ਤੇ ਉਧਰ ਧਨੌਲੇ ਵਾਲਾ ਕਾਲਾ, ਇਸ ਨੇ ਕੋਸ਼ਿਸ਼ ਜਾਰੀ ਹੈ। ਪੁਆਇੰਟ ਕਿਹੜੀ ਟੀਮ ਦੇ ਹਿੱਸੇ ਜੁੜੂ? 28-30 ਤੇ ਪੁਆਇੰਟ ਹੋ ਗਿਆ ਸਿੰਘ ਵਾਰੀਅਰ ਦਾ, 30 ਤੋਂ ਬੜੇ 31, 3 ਪੁਆਇੰਟ ਕਰ ਰਹੇ ਸੀ ਅਸੀਂ ਇਸ ਤੋਂ ਪਹਿਲਾਂ ਨੀ ਕਿ ਬੜਾ ਤੱਕੜ ਖਿਡਾਰੀ ਬਣਦਾ ਜਾ ਰਿਹਾ ਔਰ ਜ਼ੋਰ ਦੇ ਦਮ ਤੇ ਕਾਫੀ ਪੁਆਇੰਟਸ ਲੈ ਲੈਂਦੇ। ਟੈਕਨੀਕ ਵੀ ਉਹਨਾਂ ਦੀ ਕਾਫੀ ਚੰਗੀ ਹੈ, ਬਹੁਤ ਵਧੀਆ ਉਹਨਾਂ ਦਾ ਪ੍ਰਦਰਸ਼ਨ ਰਿਹਾ ਹੈ। ਬਿਲਕੁਲ ਇਹ ਹੈ ਭੋਲਾ, ਭੋਲਾ ਜੰਡੀ ਵਾਲਾ ਜਿਹਨੇ ਵਰ ਕੇ ਕਬੱਡੀ ਪਾਈ ਆ, ਰਾਜਾ ਪੱਧਰੀ ਵਾਲਾ ਜਿਹਦਾ ਹਮੇਸ਼ਾ ਹੀ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ, ਰਾਜਾ ਪੱਧਰੀ ਵਾਲਾ ਜਿਹਨੇ ਟੌਪ ਟੌਪ ਦੇ ਜੱਫੇ ਲਾਏ, ਜਿਹਨੇ ਜੋਤੇ ਨੂੰ ਵੀ ਜੱਫਾ ਲਾਇਆ, ਜਿਹਨੇ ਭੋਲੇ ਨੂੰ ਜੱਫਾ ਲਾਇਆ। ਭੋਲੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਢੇਰੀਆਂ ਕਿਹੜੇ ਪਾਸੇ ਆ, ਮੈਂ ਜਾਣਾ ਕਿੱਧਰ ਨੂੰ, ਮੈਂ ਆਇਆ ਕਿੱਧਰ।